ਸਾਹਿਬ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਵੈਬ ਟੀਵੀ ਨਿਊਜ਼ ਚੈਨਲ ਤਹਿਲਕਾ ਪੰਜਾਬ ਟੀਵੀ ਅਤੇ ਮੈਂ ਹਾਂ ਤੁਹਾਡਾ ਰਾਜ ਕੁਮਾਰ ਅਰੋੜਾ। ਇੱਥੇ ਤੁਹਾਡੇ ਘਰ ਜਿਹੜੇ ਆਏ ਆ ਕਿਉਂ ਆਏ? ਡੋਲੀ ਖਡਾਉਂਦੇ ਆ ਨਾ ਅਸੀਂ ਕੋਈ ਚੌਂਕੀਆਂ ਭਰਾਉਂਦੇ। ਸਿੱਖ ਨੂੰ ਆਪਣੇ ਉੱਪਰ ਲਾਉਣਾ ਜਾਇਜ਼ ਆ? ਨਹੀਂ, ਜਾਇਜ਼ ਨਹੀਂ ਗਾ। ਇਹ ਸਿਰਫ ਮਹਾਰਾਜ ਦੀ ਕਾਰੋਬਾਰ ਕੋਈ ਨੀ, ਜਿਹੜੀ ਜਾਇਦਾਦ ਪੈਲੀ ਕੋਈ ਨਹੀਂ। ਜਿਹੜੀ ਜ਼ਮੀਨ ਸੀ ਅਸਾਂ ਵੇਚ ਦਿੱਤੀ ਸੀ, ਜਿਹੜੀ ਸਾਡੀ ਯੂਪੀ ਜ਼ਮੀਨ ਸੀ ਇਹਨਾਂ ਦੀ ਭਾਈਆਂ ਦੀ। ਤੁਹਾਡੀ ਸ਼ਾਦੀ ਹੋਈ ਨੂੰ ਕਿਹੜੀ ਹੋ ਗਿਆ ਜੀ? ਸਾਡੇ ਕੋਲ ਲੈ ਜੋ ਓਹਨਾ ਜੱਜ ਦੀ ਚਿੱਠੀ ਤੇ ਵੀ ਜਵਾਬ ਦੇ ਤਾ। ਓਹਨਾ ਆਖਿਆ ਵੀ ਪਰਾਂ ਚਲੇ ਜੇ ਥੋੜਾ ਬਹੁਤ ਐਨ ਨੀ ਆਉਣਾ। ਕਿਉਂ ਕਿਹਾ? ਆਪਣਾ ਨੀ ਕਿਹਾ ਕਿਉਂ ਗਿਆ? ਕੋਈ ਧੀ ਨੂੰ ਘਰੋਂ ਕੱਢਦਾ? ਮੈਂ ਜਿਹੜਾ ਆਰਡਰ ਭੈਣ ਜੀ ਤੋਬਾ ਕਰਦੇ ਨਾ ਇਤੋਂ? ਨਹੀਂ ਕਰੋਗੇ? ਕੰਨ ਪੁੱਟ ਬਾਬਾ, ਤੂੰ ਗਲਾ ਥੱਲੇ ਰੱਖ, ਕੰਨ ਪੁੱਟ, ਕੰਨ ਹੀ ਕੰਨ ਪੁੱਟ ਕੇ। ਆਪਾਂ ਗੁਰੂ ਨਾਨਕ ਦੇ ਘਰ ਦੇ ਦੁਖੀ ਆ, ਸਾਨੂੰ ਮਾਫ਼ ਕਰੋ, ਗਲਤ ਕਰਦੇ। ਬਾਹਾਂ ਖੜੀਆਂ ਕਰ ਲੋ, ਬਾਹਾਂ ਖੜੀਆਂ ਕਰੋ, ਸਿੱਧੀਆਂ ਕਰੋ। ਬੇਵਕੂਫ ਬਣਾਇਆ ਉੱਚੀ ਕਹਿ
ਇਹੋ ਲੋਕਾਂ ਨੂੰ ਪਖੰਡ ਝੂਠਿਆ ਵਹਿਮਾਂ ਭਰਮਾਂ ਚ ਪਾਉਂਦੇ ਸੀ। ਹਾਂਜੀ, ਇਤਰਾ ਹੀ ਲੋਕਾਂ ਦੇ ਘਰਾਂ ਚ ਜਾਂਦੇ ਵੀ ਤੁਹਾਡੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ ਤੇ ਪਖੰਡ ਕਰਦੇ ਸੀ, ਸਿਰਫ ਆਪਣੇ ਢਿੱਡ ਵਾਸਤੇ ਪਖੰਡ ਕਰਦੇ। ਸਾਡੇ ਕੋਲ ਕੁਛ ਨੀ ਗਾ, ਵਾਹਿਗੁਰੂ ਪੈਸੇ ਤੇ ਜਿਹੜੇ ਕਮਾ ਲਿਆ ਉਹ ਹੀ ਆ, ਹੁਣ ਸਾਡੇ ਕੋਲ ਤੇ ਕੁਛ ਨੀ ਹੈਗਾ ਤੇ ਅਸੀਂ ਇਹੋ ਹੀ 2500 ਲੈਨੇ ਆ, 1500 ਖਾਨੇ ਆ ਤੇ 1000 ਰੁਪਇਆ ਉੱਥੇ ਗੋਲਕ ਚ ਪਾ ਕੇ ਆਉਂਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਧੂਲਕਾ ਵੱਲੋਂ ਜੋ ਅੱਜ ਕਾਬਲ ਸਿੰਘ ਅਤੇ ਉਹਦੀ ਘਰਵਾਲੀ ਜਸਵਿੰਦਰ ਕੌਰ ਬਾਬਾ ਦੀਪ ਸਿੰਘ ਸ਼ਹੀਦਾਂ ਦਾ ਪਹਿਰਾ ਦੱਸ ਕਰਕੇ ਜੋ ਆਪਣੇ ਘਰ ਵਿੱਚ ਨਿਸ਼ਾਨ ਸਾਹਿਬ 20-30 ਫੁੱਟ ਦਾ ਲਾ ਕੇ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾ ਕੇ ਲੁੱਟ ਘਸੁੱਟ ਕਰ ਰਹੀ ਸੀ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘਾਂ ਦੇ ਸਾਰੀ ਸੰਗਤ ਦੇ ਸਾਹਮਣੇ ਇਹਨਾਂ ਨੇ ਤੌਬਾ ਕੀਤੀ ਹੈ, ਮਾਫ਼ੀ ਮੰਗੀ ਹੈ ਕਿ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰਾਂਗੇ। ਅਸੀਂ ਲੋਕਾਂ ਨੂੰ ਛਦਾਈ ਅਤੇ ਆਪਣੇ ਪੇਟ ਵਾਸਤੇ ਰੋਜ਼ੀ ਰੋਟੀ ਵਾਸਤੇ ਇਹ ਕੰਮ ਕਰ ਰਹੇ ਸੀ ਅਤੇ ਸਤਿਕਾਰ ਕਮੇਟੀ ਦੇ ਸਿੰਘਾਂ ਵੱਲੋਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਹਾਂ ਕਿ ਇਹੋ ਜਿਹੜੇ ਡੋਂਗੀ ਪਖੰਡੀ ਤਾਂਤਰਿਕ ਬਾਬੇ ਆਪਣੇ ਘਰਾਂ ਵਿੱਚ ਗੱਦੀ ਲਾ ਕਰਕੇ ਲੋਕਾਂ ਨਾਲ ਲੁੱਟ ਸੁੱਟ ਅਤੇ ਵਹਿਮਾਂ ਭਰਮਾਂ 'ਚ ਪਾ ਕੇ ਲੋਕਾਂ ਘਰ ਲੜਾਈ ਕਲੇਸ਼ ਕਰ ਰਹੇ ਨੇ, ਉਹਨਾਂ ਨੂੰ ਜਿਹੜੀ ਸਰਕਾਰ ਵੱਲੋਂ ਵੀ ਨੱਥ ਪਾਈ ਜਾਵੇ ਅਤੇ ਇਹਨਾਂ ਦਾ ਪਿਛੋਕੜ ਸਾਰਾ ਪੁੱਛਿਆ ਜਾਵੇ ਕਿ ਇਹ ਇਹਨਾਂ ਕੋਲ ਮਾਇਆ ਕਿੱਥੋਂ ਆਈ ਹੈ, ਪੈਸੇ ਕਿੱਥੋਂ ਆਏ ਨੇ। ਅਸੀਂ ਸਰਕਾਰ ਕੋਲੋਂ ਅਤੇ ਜਥੇਦਾਰਾਂ ਕੋਲੋਂ ਵੀ ਸ੍ਰੀ ਅਕਾਲ ਤਖ਼ਤ ਦੇ ਮੰਗ ਕਰਦੇ ਹਾਂ ਕਿ ਇਹੋ ਜਿਹੇ ਪਖੰਡੀਆਂ ਨੂੰ ਪੂਰਨ ਤੌਰ 'ਤੇ ਨੱਥ ਪਾਈ ਜਾਵੇ ਜਾਂ ਇਹੋ ਜਿਹੇ ਗਾਹਕ ਕਾਰਨ ਉਹਨਾਂ 'ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ? ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ ਦੇਖਦੇ ਰਹੋ ਵੈੱਬ ਟੀ ਵੀ ਨਿਊਜ਼ ਚੈਨਲ ਤਹਿਲਕਾ ਪੰਜਾਬ TV.in।